ਗੈਂਗ ਲੈਂਡ ਬਣੀ ਹੈ ਤੇ ਜਾਂਦੇ 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 ਜਾਂ ਜਾਂ ਗੇਜਾ ਮਾਜ ਜਾਂ ਕੋਈ ਗੱਲ ਥੋੜੀ ਹੈ। ਕੋਈ ਕਲਾਕਾਰੀ ਨਹੀਂ, ਕੋਈ ਕਲਾਕਾਰੀ ਨਹੀਂ। ਪਹਿਲਾਂ ਤਾਂ ਤੁਹਾਡਾ ਵਿਰਸਾ ਟੀਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਅਤੇ ਦੋਸਤ ਜੌਲ, ਭੱਜੀ ਫਿਰੇ ਡਰੀ ਫਰੀ ਇੰਡਸਟਰੀ, ਜੱਟ ਫਿਰੇ ਟਹਿਲ ਦਾ, ਅਤੇ ਜੱਟ ਟਹਿਲ ਦਾ ਫਿਰਦਾ ਸਿੱਧੂ ਮੂਸੇਵਾਲਾ, ਕਦੇ ਆਪਣੇ ਗਾਣੇ ਦੇ ਕਰਕੇ ਅਤੇ ਕਦੇ ਕੌਂਟਰਵਰਸੀ ਦੇ ਕਰਕੇ। ਜਿੱਥੇ ਕਾਰਨ ਵਾਲੇ ਅਤੇ ਸਿੱਧੂ ਮੂਸੇਵਾਲੇ ਦਾ ਮੁੱਦਾ ਸੋਸ਼ਲ ਮੀਡੀਆ 'ਤੇ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ, ਅਤੇ ਉੱਥੇ ਸਿੱਧੂ ਮੂਸੇਵਾਲੇ ਇੰਡੀਆ ਵਾਲੇ ਦੇ ਲਾਈਵ ਸ਼ੋਅ ਦੇ ਵਿੱਚ ਪੰਜਾਬੀ ਸਿੰਗਰ ਮਾਸਟਰ ਸਲੀਮ ਦੀ ਮੰਜੀ ਠੋਕੀ, ਜਿੱਥੇ ਮਾਸਟਰ ਸਲੀਮ ਦੀ ਇੱਕ ਵੀਡੀਓ ਵਾਇਰਲ ਸੀ ਜਿਸ ਵਿੱਚ ਮਾਸਟਰ ਸਲੀਮ ਨੇ ਮਨਕੀਰ ਤੌਲਕ ਨੂੰ ਟੀਚਰ ਕਰਦਿਆਂ ਗੈਂਗਲੈਂਡ ਗੀਤ ਦਾ ਮਜ਼ਾਕ ਉਡਾਇਆ ਸੀ। ਗੈਂਗਲੈਂਡ ਬਣੀ ਹੈ ਤੇ ਜਾਂਦੇ 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 ਜਾਂ ਜਾਂ ਗੇਜਾ ਮਾਜ ਜਾਂ ਕੋਈ ਗੱਲ ਥੋੜੀ ਹੈ। ਇਸ ਵੀਡੀਓ ਦਾ ਜਵਾਬ ਦਿੰਦੇ ਹੋਏ ਸਿੱਧੂ ਮੂਸੇਵਾਲੇ ਨੇ ਮਾਸਟਰ ਸਲੀਮ ਦੀ ਮੰਜੀ ਠੋਕੀ। ਆਓ ਇੱਕ ਝਲਕ ਮਾਰਦੇ ਹਾਂ ਸਿੱਧੂ ਮੂਸੇਵਾਲੇ ਦੀ ਉਹ ਵੀਡੀਓ ਦੇ ਵੱਲ, ਅਤੇ ਵੀਡੀਓ ਦੇਖਣ ਤੋਂ ਪਹਿਲਾਂ ਜਿੰਨੇ ਵੀ ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਨੇ ਵੀ ਚਲਦੀ ਚਲਦੀ ਲਾਈਕ ਕਰਨ, ਅਤੇ ਜਿਹਨਾਂ ਸਰੋਤਿਆਂ ਨੇ ਹਜੇ ਤੱਕ ਵਿਰਸਾ ਟੀਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਦੇ ਆਈਕਨ 'ਤੇ ਕਲਿੱਕ ਕਰਿਓ ਤਾਂ ਜੋ ਇੰਡਸਟਰੀ ਦੀਆਂ ਤੇਜ਼ ਖਬਰਾਂ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕਣ। ਕੋਈ ਕਲਾਕਾਰੀ ਨਹੀਂ, ਇਹ ਜੱਟ ਮੱਤ ਕਲਾਕਾਰੀ ਨਾਲ ਧੱਕਾ ਕਰ ਰਹੀ ਹੈ ਵੀ ਫਰਾ ਹੋ ਫਰਾ ਹੋ। ਸਾਨੂੰ ਵੀ ਬਹੁਤ ਕੁਛ ਆਉਂਦਾ, ਅੱਜ ਕੱਲ੍ਹ ਕਈ ਸਟੇਜਾਂ 'ਤੇ ਦੇਖਦੇ ਹੋ ਜੀ, ਇਹਨੂੰ ਸੁਰ ਨਹੀਂ ਲਾਉਣੇ ਆਉਂਦੇ, ਇਹ ਕਹਿੰਦਾ ਜੀ ਗੈਂਗਲੈਂਡ ਬਣੇ ਆ, ਜੇ ਬਣੇ ਆ, ਇਸ ਤਾਂ ਹੀ ਕਰਾਂਗੇ ਜਿੰਨਾ ਧੱਕਾ ਚੱਲੂ ਚਲਾਵਾਂਗੇ। ਜਦੋਂ ਰੋਟੀ ਸਾਡੇ ਬਾਬੇ ਨੇ ਸਾਡੀ ਕਿਸਮਤ 'ਚ ਲਿਖਤੀ, ਤੁਸੀਂ ਕਿਵੇਂ ਖੋਲੋਗੇ? ਇਹ ਤਾਂ ਉਹ ਵੀਡੀਓ ਸੀ ਜਿਸ ਵਿੱਚ ਸਿੱਧੂ ਮੂਸੇਵਾਲੇ ਨੇ ਮਾਸਟਰ ਸਲੀਮ ਦੀ ਮੰਜੀ ਠੋਕੀ। ਤੁਹਾਡਾ ਇਸ ਬਾਰੇ ਕੀ ਵਿਚਾਰ ਆ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਹੁਣ ਤੱਕ ਲਈ ਇੰਨਾ ਹੀ, ਅਤੇ ਮਿਲਦੇ ਹਾਂ ਨਵੀਂ ਵੀਡੀਓ ਨਾਲ ਜਲਦੀ, ਅਤੇ ਤੁਸੀਂ ਦੇਖ ਰਹੇ ਹੋ ਵਿਰਸਾ ਟੀਵੀ।